अपना आनंद मैरिज एक्ट से जो कि 1909 दे विच महाराजा रुपदमन सिंह पटियाले वाले ने पास कराया सी अंग्रेजा को, पर 1949 विच जदों गवर्नमेंट अपनी इंडिया की बनी उन्हें वो फेल करता। साडा जिहड़ा हुण ब्याह हो रहा सी गुरमत ज़्यादा अनुसार हो रहा सी, पर सानू जिहड़ा सर्टिफिकेट मिलता सी वो सानू हिंदू मैरिज एक्ट के मुताबिक मिलता सी, जो कि सरासर गलत सी, सानू फिर मुड़ के हिंदू बना दिता सी। ਉਹ ਹੁਣ ਬਿੱਲ ਪਾਸ ਹੋ ਚੁੱਕਾ ਹੈ, ਇਹਦੇ ਬਾਰੇ ਤੁਸੀਂ ਕਿੰਨਾ ਕੁ ਖੁਸ਼ੀ ਹੈ ਜਾਂ ਕਿਹਦੀ ਬੋਲ ਦੱਸਣਾ ਚਾਹੁੰਦੇ? ਦੇਖੋ ਜੀ, ਗੱਲ ਲੱਗਿਆ ਵੀ ਜੋ ਇਹ ਹੋਇਆ ਬਿੱਲ ਪਾਸ ਕੀਤਾ ਗਿਆ, ਇਹਦੇ ਵਿੱਚ ਇੱਕ ਮੈਂ ਹੀ ਨਹੀਂ ਸਾਰੀ ਸੰਗਤਾਂ ਸਾਰੀ ਦੁਨੀਆ ਬੜੀ ਖੁਸ਼ ਆ ਕਿ ਇਹ ਐਕਟ ਜਿਹੜਾ ਪਾਸ ਕੀਤਾ ਗਿਆ। ਤੁਹਾਨੂੰ ਪਤਾ ਹੈ ਕਿ ਹੁਣੇ ਹੁਣੇ ਕੱਲ ਦੀ ਖਬਰ ਹੈ ਕਿ ਜੋ ਪਹਿਲਾਂ ਇੱਕ ਐਕਟ ਪਾਸ ਹੋਇਆ ਸੀਗਾ 1909 ਵਿੱਚ ਆਨੰਦ ਮੈਰਿਜ ਐਕਟ, 1949 ਵਿੱਚ ਆਪਣੇ ਗਵਰਨਮੈਂਟ ਨੂੰ ਰੱਦ ਕਰ ਦਿੱਤਾ। ਜਿਹੜੇ ਵੀ ਸਾਡੇ ਵਿਆਹ ਹੁੰਦੇ ਸੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ, ਉਹ ਹੁੰਦੇ ਭਾਵੇਂ ਗੁਰਮਤ ਜ਼ਿਆਦਾ ਅਨੁਸਾਰ ਸੀ, ਪਰ ਜਦੋਂ ਉਹਦੀ ਸਾਨੂੰ ਸਰਟੀਫਿਕੇਟ ਲੈਣਾ ਪੈਂਦਾ ਸੀ ਉਸ ਵੇਲੇ ਆਉਂਦਾ ਸੀ ਹਿੰਦੂ ਮੈਰਿਜ ਐਕਟ ਦੇ ਹਿਸਾਬ ਨਾਲ। ਉਹ ਹੁਣ ਬਿੱਲ ਪਾਸ ਹੋ ਗਿਆ, ਲਾਗੂ ਹੋਏਗਾ, ਉਹ ਮਹਾਰਾਜ ਦੀ ਮਿਹਰ। ਤੁਸੀਂ ਇਹਦੇ ਬਾਰੇ ਕੀ ਦੱਸਣਾ ਚਾਹੁੰਦੇ? ਹਾਂਜੀ, ਜੋ ਕਿ ਕੱਲ੍ਹ ਤੋਂ ਲਗਾਤਾਰ ਮੀਡੀਆ ਦੇ ਵਿੱਚ ਵੀ ਪ੍ਰਿੰਟ ਜਾਂ ਆਪਣੇ ਟੈਲੀਵਿਜ਼ਨਾਂ ਦੇ ਉੱਤੇ ਵੀ ਲਗਾਤਾਰ ਇਹ ਖਬਰਾਂ ਆ ਰਹੀਆਂ ਹਨ ਕਿ ਜੋ ਆਨੰਦ ਮੈਰਿਜ ਐਕਟ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜਾ ਕਿ ਲੋਕ ਸਭਾ ਦੇ ਵਿੱਚ ਜਿਹੜਾ ਬਿੱਲ ਪਾਸ ਹੋ ਚੁੱਕਾ ਔਰ ਹੁਣ ਉਸ ਤੋਂ ਬਾਅਦ ਰਾਜ ਸਭਾ ਜਾਏਗਾ, ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਏਗਾ, ਫਿਰ ਬਿੱਲ ਪਾਸ ਹੋਊਗਾ। ਸੋ ਅਸੀਂ ਇਸ ਦੇ ਸੰਬੰਧ ਦੇ ਵਿੱਚ ਜੋ ਇਹ ਇੱਕ ਬਹੁਤ ਹੀ ਅਸੀਂ ਇਹ ਇੱਕ ਬਹੁਤ ਹੀ ਵਧੀਆ ਚੰਗੀ ਸ਼ੁਰੂਆਤ ਹੈ ਜੋ ਕਿ ਇਹ ਆਨੰਦ ਮੈਰਿਜ ਐਕਟ ਦੀ ਜੋ ਬੜੇ ਲੰਮੇ ਸਮੇਂ ਤੋਂ ਸਾਡੇ ਸਿੱਖਾਂ ਦੀ ਪੁਰਜ਼ੋਰ ਮੰਗ ਸੀ, ਜੋ ਕਿ ਕਾਫੀ ਸਮਾਂ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਆਨੰਦ ਮੈਰਿਜ ਐਕਟ ਉਹਨਾਂ ਨੇ ਲਾਗੂ ਕਰ ਦਿੱਤਾ। ਔਰ ਮੈਂ ਸਮਝਦਾ ਕਿ ਇਸ ਆਨੰਦ ਮੈਰਿਜ ਐਕਟ ਲਾਗੂ ਹੋਣ ਦੇ ਨਾਲ ਜਿੱਥੇ ਕਿ ਸੰਵਿਧਾਨ ਦੀ ਧਾਰਾ 25 ਦੇ ਵਿੱਚ ਜਿਹੜਾ ਸਾਡੀ ਸਿੱਖ ਕੌਮ ਨੂੰ ਇਹਨਾਂ ਵੱਲੋਂ ਇੱਕ ਸੰਵਿਧਾਨ ਦੇ ਅੰਦਰ ਕਿ ਕੇਸਾਧਾਰੀ ਹਿੰਦੂ ਜਿਹੜਾ ਸਾਨੂੰ ਲਿਖਿਆ ਗਿਆ ਹੈ, ਮੈਂ ਸਮਝਦਾ ਕਿ ਜਿੱਥੇ ਆਨੰਦ ਮੈਰਿਜ ਐਕਟ ਲਾਗੂ ਹੈ ਉਹਦੇ ਉੱਤੇ ਧਾਰਾ 25 ਦੀ ਸੰਵਿਧਾਨ ਦੀ ਜਿਹੜੀ ਹੈ ਉਹਦੇ ਵਿੱਚ ਵੀ ਸੋਧ ਹੋ ਕੇ ਜਿਹੜਾ ਸਿੱਖ ਕੌਮ ਹੈ ਉਹਨੂੰ ਇੱਕ ਵੱਖਰੀ ਕੌਮ ਜਿਹੜੀ ਹੈ ਉਹ ਲਾਨੀ ਜਾਵੇ। ਕਿਉਂਕਿ ਆਨੰਦ ਮੈਰਿਜ ਐਕਟ ਲਾਗੂ ਕਰਨ ਦੇ ਨਾਲ ਇਹ ਇੱਕ ਸਾਫ਼ ਹੋ ਗਿਆ ਕਿ ਜਿਹੜੇ ਆਪਾਂ ਜਿਹੜੀ ਸਿੱਖ ਕੌਮ ਹੈ ਇੱਕ ਵੱਖਰੀ ਕੌਮ ਆ, ਕਿਉਂਕਿ ਪਹਿਲਾਂ ਆਪਾਂ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਜਿਹੜਾ ਸੀ ਉਹ ਸਾਰਾ ਰਜਿਸਟਰਡ ਹੋਣਾ ਪੈਂਦਾ ਸੀ। ਸੋ ਅਸੀਂ ਇਹਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਕਿ ਬਹੁਤ ਵਧੀਆ ਚੰਗੀ ਜਿਹੜੀ ਸ਼ੁਰੂਆਤ ਹੈ, ਔਰ ਨਾਲ ਅਸੀਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਕਿ ਸਮੇਂ ਸਮੇਂ ਦੇ ਉੱਤੇ ਪਲ ਪਲ ਦੀ ਜਿਹੜੀ ਖਬਰ ਆ ਉੱਥੇ ਜੋ ਵੀ ਸਾਡੇ ਭਾਰਤ ਦੇ ਵਿੱਚ ਹੋ ਰਿਹਾ ਉਹ ਪਲ ਪਲ ਦੀ ਜਿਹੜੀ ਖਬਰ ਇੱਥੇ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖਾਂ ਤੱਕ ਪਹੁੰਚਦੀ ਕਰਦੇ ਆ, ਔਰ ਮੀਡੀਆ ਦੀ ਬਹੁਤ ਵੱਡੀ ਦੇਣ ਆ ਕਿ ਜੋ ਜਦ ਤੱਕ ਸਾਡੇ ਚੈਨਲ ਬਣੇ ਸਾਡਾ ਸਿੱਖ ਚੈਨਲ ਜੋ ਕਿ ਬਹੁਤ ਹੀ ਸ਼ਲਾਘਾਯੋਗ ਪਾਤਰ ਹੈ, ਮੇਰੇ ਕੋਲ ਕਹਿਣ ਦੇ ਸ਼ਬਦ ਨਹੀਂ ਕਿ ਜਿਹੜਾ ਇਹਨਾਂ ਨੇ ਇੱਕ ਅਹਿਮ ਇਹਨਾਂ ਦਾ ਯੋਗਦਾਨ ਹੈ ਕਿ ਜੋ ਕਿ ਅੱਜ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਲਹਿਰ ਬਣ ਕੇ ਜਿਹੜੀ ਹੈ ਉਹ ਉਭਰੀ ਹੈ। ਹਾਂਜੀ ਭਾਈ ਮਨਜੀਤ ਸਿੰਘ ਜੀ, ਆਪ ਨੂੰ ਪਤਾ ਹੈ ਕਿ ਕੱਲ੍ਹ ਆਨੰਦ ਮੈਰਿਜ ਐਕਟ ਜਿਹੜਾ ਉਹਦਾ ਬਿੱਲ ਪਾਸ ਹੋ ਗਿਆ ਹੈ, ਸਾਨੂੰ ਬੜੀਆਂ ਉਹਦੇ ਵਿੱਚ ਮੁਸ਼ਕਲਾਂ ਆ ਰਹੀਆਂ ਸਨ, ਆਪ ਜੀ ਇਹਦੇ ਬਾਰੇ ਕੀ ਵਿਚਾਰ ਪ੍ਰਗਟ ਕਰਨੇ ਚਾਹੁੰਦੇ ਹੋ? ਸਿੱਖਾਂ ਦੀ ਇਹ ਜਦ ਤੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਤੋਂ ਹੀ ਬੜੀ ਦੇਰ ਤੋਂ ਮੰਗ ਸੀ, ਇਹਦੇ ਲਈ ਜਦੋਂ 78 ਤੋਂ ਬਾਅਦ ਮੋਰਚਾ ਲੱਗਾ ਉਹਦੇ ਵਿੱਚ ਵੀ ਇੱਕ ਇੱਕ ਮੁੱਖ ਮੰਗ ਸੀ ਕਿ ਸਿੱਖ ਐਕਟ ਜਿਹੜਾ ਹੈਗਾ ਉਹ ਲਾਗੂ ਕੀਤਾ ਜਾਵੇ, ਵੀ ਸਿੱਖ ਹਿੰਦੂ ਨਹੀਂ ਹਨ। ਘੱਟ ਗਿਣਤੀਆਂ ਦੇ ਜੋ ਆਨੰਦ ਕਾਰਜ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਹੀ ਸਰਲੇ ਇਹ ਆਨੰਦ ਮੈਰਿਜ ਹੈ, ਜਿਸ ਤਰ੍ਹਾਂ ਮੁਸਲਮਾਨ ਇਸ ਨੂੰ ਨਿਕਾਹ ਕਹਿੰਦੇ ਹਨ ਅਤੇ ਹਿੰਦੂ ਇਸ ਨੂੰ ਵਿਵਾਹ ਕਹਿੰਦੇ ਹਨ, ਈਸਾਈ ਇਸ ਨੂੰ ਮੈਰਿਜ ਕਹਿੰਦੇ ਹਨ, ਅਤੇ ਸਤਿਗੁਰੂ ਜੀ ਨੇ ਇਸ ਦਾ ਨਾਮ ਰੱਖਿਆ ਹੈ ਆਨੰਦ ਕਾਰਜ ਅਨਟਰਨਲ ਬਲੈਸ। ਅਤੇ ਡਾਕਟਰ ਜੌਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ, ਮੈਰਿਜ ਇਜ਼ ਦਾ ਸਟ੍ਰਿਕਟ ਸਟਾਈ ਆਫ ਪਰਪਚੁਅਲ ਫਰੈਂਡਸ਼ਿਪ, ਦੇ ਆਰ ਕੈਨ ਬੀ ਨੋ ਫਰੈਂਡਸ਼ਿਪ ਵਿਦਾਊਟ ਕੌਨਫੀਡੈਂਸ, ਦੇ ਆਰ ਕੈਨ ਬੀ ਨੋ ਕੌਨਫੀਡੈਂਸ ਵਿਦਾਊਟ ਇੰਟੈਗਰਿਟੀ, ਐਂਡ ਹੀ ਮਸਟ ਵੀ ਐਕਸੈਪਟ ਟੂ ਬੀ ਰੈਚ ਹੂ ਪੇਸ ਬਿਊਟੀ ਰਿਚਸ ਐਂਡ ਪੋਲਾਈਟਨੈਸ ਦੈਟ ਰਿਗਾਰਡ ਓਨਲੀ ਵਰਚੂ ਐਂਡ ਪਿਠੀ ਕੈਨ ਕਲੇਮ। ਇਹ ਜੋ ਆਨੰਦ ਕਾਰਜ ਹੈ ਸਦੀਵੀ ਮਿੱਤਰਤਾ ਦੀ ਪੀੜ੍ਹੀ ਗੰਢ ਹੈ, ਬਿਨਾਂ ਵਿਸ਼ਵਾਸ ਇਹ ਪੱਕੇ ਨਹੀਂ ਰਹਿ ਸਕਦਾ, ਚੰਗੇ ਚਾਲ ਚੱਲਣ ਤੋਂ ਬਿਨਾਂ ਵਿਸ਼ਵਾਸ ਨਹੀਂ ਬਣਦਾ। ਆਨੰਦ ਮੈਰਿਜ ਐਕਟ ਜੋ ਪਾਸ ਹੋਇਆ ਹੈ ਇਸ ਦੀ ਵੀ ਬਹੁਤ ਖੁਸ਼ੀ ਹੈ, ਇਸ ਤੋਂ ਵੀ ਜ਼ਿਆਦਾ ਖੁਸ਼ੀ ਉਸ ਦਿਨ ਹੋਊਗੀ ਜਿਸ ਦਿਨ ਇਹ ਲਾਗੂ ਕੀਤਾ ਜਾਊਗਾ ਸਾਰੇ ਸੰਸਾਰ ਵਿੱਚ, ਸਾਰੇ ਦੇਸ਼ਾਂ ਵਿੱਚ, ਖਾਸ ਤੌਰ 'ਤੇ ਇੰਡੀਆ ਵਿੱਚ। ਅਤੇ ਜਿਨ੍ਹਾਂ ਨੇ ਵੀ ਇਸ ਨੂੰ ਪਾਸ ਕੀਤਾ ਹੈ ਉਹ ਧੰਨਵਾਦ ਦੇ ਵੀ ਪਾਤਰ ਹਨ, ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਜਾਂਦਾ ਸਿੱਖ ਸੰਗਤਾਂ ਵੱਲੋਂ ਵੀ ਉਹਨਾਂ ਨੇ ਬਹੁਤ ਵਧੀਆ ਕੀਤਾ। ਇਸ ਜੋ ਹੋਰ ਵੀ ਸਿੱਖਾਂ ਦੀਆਂ ਮੰਗਾਂ ਰਹਿੰਦੀਆਂ ਹਨ ਉਹਨਾਂ ਨੂੰ ਵੀ ਛੇਤੀ ਪੂਰਾ ਕੀਤਾ ਜਾਵੇ, ਜਿਵੇਂ ਰਾਜੋਵਾਣੀ ਦੀ ਮੰਗ ਹੈ, ਭੁੱਲਰ ਦੀ ਮੰਗ ਹੈ, ਉਹਨਾਂ ਨੂੰ ਰਿਲੀਜ਼ ਕਰਕੇ, ਅਖਬਾਰਾ ਜੀ ਨੂੰ ਰਿਲੀਜ਼ ਕਰਕੇ, ਦਾ ਸਤਿਗੁਰੂ ਜੀ ਦੀਆਂ ਅਤੇ ਸੰਗਤਾਂ ਦੀਆਂ ਜ਼ਰੂਰ ਸਿੱਖਾਂ ਦੀਆਂ ਉਹ ਖੁਸ਼ੀਆਂ ਹਾਸਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਜੀਤ ਸਿੰਘ ਜੀ, ਆਪ ਜੀ ਨਾਲ ਗੱਲ ਕਰਕੇ ਬਹੁਤ ਬਹੁਤ ਸਾਨੂੰ ਖੁਸ਼ੀ ਹੋਈ, ਆਪ ਜੀ ਨੇ ਆਨੰਦ ਮੈਰਿਜ ਐਕਟ ਬਾਰੇ ਬਹੁਤ ਵਿਸਥਾਰ ਦੇ ਨਾਲ ਦੱਸਿਆ। ਮੈਂ ਇੱਥੇ ਗੱਲ ਇੱਕ ਆਪਾਂ ਕੋਲ ਪੁੱਛਣੀ ਚਾਹੁੰਦਾ ਕਿ ਜਿਸ ਤਰ੍ਹਾਂ ਆਪ ਜੀ ਨੇ ਆਪੇ ਸਿਫਤ ਕਰਤੀ
सिख चैनल बारे तुसी की कहना चाहोगे जिहदा कि इहदे बारे बहुत बहुत अवेयरनैस लियाउण वास्ते इहदे विच रोल है? सिखां दा इह बहुत वधिया चैनल है सिख चैनल, अते इहदे विच सिखां दे जो गुरु घर विच संगतां आउंदियां हन उह बहुत अच्छे विचार प्रगट करदियां हन इस चैनल बारे। अते कल ही एक सिख आया सी ते बलवीर सिंह उसका नाम सी, उसने 100 पाउंड इस चैनल लई अकाउंट विच जमा करवाया मेरे तो अकाउंट नंबर लैके। तो सतगुरु जी की कृपा है, होर भी संगतां नूं बेनती है कि इहनू आपां माइक तौर दे उत्ते अपने जिहड़ा डायरैक्ट डैबिट करके इस चैनल नूं आपां सहायता करनी हैगी, इहनू आपां बंद नहीं होण देना चाहुंदे। अते क्योंकि सिखां दी आवाज़ नूं बुलंद करदा है, जे अपनी आवाज़ अज मीडिया विच पहुँचदी है संसार विच ते इसका जिहड़ा बधाई दा पात्र है सिख चैनल है। सो कृपा करके आप सारे इस नूं दिलों भी प्यार करदे हो ते माइक तौर ते भी इस नूं जरूर प्यार देना तां कि सफल हो सके। वाहेगुरु जी का खालसा वाहेगुरु जी। भाई मनजीत सिंह जी आपका बहुत बहुत धन्यवाद सिख चैनल वाले अपने बचन विचार देने वास्ते। वाहेगुरु जी का खालसा वाहेगुरु जी की फतह। हाँ जी, असं हम आप मैरिज एक्ट बारे भाई साहब भाई जीत सिंह नाल गलबात कर रहे, उन्हें विचार सुनने। भाई साहब जी, जो मैरिज एक्ट सेगा जिहड़ा कि सानू बहुत जिहदी जरूरत सी आपां नूं हुण पास हो गया, उहदे बारे आप की दसना चाहुंदे हो? वाहे खालसा वाहे फतेह जी, बहुत खुशी की गल है भाई साहब जी, जिहड़ा मैरिज एक्ट अपने सिंघां दे हक दे विच होया, बहुत खुशी की गल है, अपने वास्ते बहुत चंगी गल होई है। वाहे खालसा वाहे फतेह जी। हाँ जी, वाहे खालसा वाहे फतेह जी। अपने जिहड़ा सिखां दा मैरिज एक्ट हैगा सीगा वो पास हो गया, उहदे नाल सानू बड़ी खुशी की गल हैगी आ, और असी अपनी गौरमेंट नूं भी बधाइयां देनियां चाहुंदे आ, पंजाब गौरमेंट नूं, क्योंकि उन्हें रल के पास करा लिया हैगा। ते बाकी जो कुछ भी है सब कुछ वाहिगुरु जी की कृपा दे नाल हुंदा हैगा। बहुत ही चंगी चीज हुई है, ये भी एक तरह की आपां नूं सिखां नूं आइडेंटिटी मिली है कि जो साडे कारज आनंद कारज हुंदे आ उह हुण आपां मैरिज सर्टिफिकेट ते भी उह सिक्खी दे हिसाब नाल सिक्खी दे सूलां दे हिसाब नाल उह लिखे जाणगे, ना कि हिंदू एक्ट दे हिसाब नाल लिखे जाणगे, क्योंकि इह चीज अज तों 64 साल पहलां होनी चाहीदी सी, पर फिर भी चलो बैटर लेट दैन नेवर, 64 साल पहला नहीं हुण हो गई आ, फिर भी सानू यह अपना हक मिल गया है। इसका भी मैं सारिया संगतों को लख लख बधाई देना हाँ। वाहिगुरु जी का खालसा वाहिगुरु जी की फतेह। सिस्टर जी बेनती पई, जो मैरिज एक्ट पास होया है उहदे विच बहुत वड्डी एक साडी प्राप्ति है सिख जगत लई। उहदा कारण यह है क्योंकि साडी परंपरा वक्री है, साडे गुरु साहब जी ने जो सानू जिस तरह साडे संस्कार बख्शे ने, क्योंकि नामकरण है जो विआह शादी जो संस्कार ने ਉਹਦੇ ਮੁਤਾਬਕ ਜਿਹੜੇ ਸਾਡਾ ਇਹ ਮੈਰਿਜ ਐਕਟ ਪਾਸ ਹੋਇਆ ਹੈ ਉਹ ਇੱਕ ਬਹੁਤ ਵੱਡੀ ਸਾਡੀ ਪ੍ਰਾਪਤੀ ਹੈ ਸਿੱਖ ਜਗਤ ਵਾਸਤੇ, ਬੜੀ ਖੁਸ਼ੀ ਦੀ ਗੱਲ ਹੈ। ਔਰ ਇਹ ਜਿਹੜਾ ਜਿਸ ਤਰ੍ਹਾਂ ਕਿ ਸਾਡੇ ਜਿੰਦੂ ਸਾਹਿਬ ਨੇ ਮੁੱਖ ਸੇਵਾ ਸਾਹਿਬ ਉਹਨਾਂ ਨੇ ਦੱਸਿਆ ਕਿ ਬਹੁਤ ਪਹਿਲੇ ਹੋਣਾ ਚਾਹੀਦਾ ਸੀ, ਸੋ ਚਲੋ ਜੇ ਹੁਣ ਸਤਿਗੁਰਾਂ ਨੇ ਕਾਮਯਾਬੀ ਬਖਸ਼ੀ ਹੈ ਤਾਂ ਬੜੀ ਵੱਡੀ ਗੱਲ ਹੈ ਜੀ। ਔਰ ਇਹ ਜਿਹੜੀ ਇਹ ਹੋਣੀ ਚਾਹੀਦੀ ਸੀ, ਔਰ ਸਿੱਖ ਜਗਤ ਵਿੱਚ ਜਿਹੜੀ ਹੈ ਇੱਕ ਵੱਖਰੀ ਪਛਾਣ ਹੈ, ਸੋ ਇਸ ਕਰਕੇ ਇਹ ਜਿਹੜੀ ਸਾਨੂੰ ਪ੍ਰਾਪਤੀ ਮਿਲੀ ਹੈ ਮੈਂ ਇਸ ਗੱਲ 'ਤੇ ਬਹੁਤ ਖੁਸ਼ੀ ਪ੍ਰਗਟ ਕਰਦਾ ਹੋਇਆ ਸਤਿਗੁਰੂ ਜੀ ਦਾ ਕੋਟਾਨਕੋਟ ਸ਼ੁਕਰ ਕਰਦਾ ਹਾਂ ਕਿ ਸਾਨੂੰ ਜੋ ਕਾਮਯਾਬੀ ਬਖਸ਼ੀ ਹੈ ਪਾਤਸ਼ਾਹ ਨੇ। ਔਰ ਸਭ ਤੋਂ ਵੱਡੀ ਗੱਲ ਹੈ ਸਤ ਸੰਗਤ ਜੀ, ਉਹ ਸਾਡਾ ਜੋ ਸਿੱਖ ਚੈਨਲ ਹੈ, ਕਿਉਂਕਿ ਇਹ ਸਮੂਹ ਸਿੱਖ ਜਗਤ ਦੀ ਗੁਰਬਾਣੀ ਦੁਆਰਾ ਪ੍ਰਚਾਰ ਦੁਆਰਾ ਬਹੁਤ ਵੱਡਾ ਇੱਕ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ, ਔਰ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਸ ਸਿੱਖ ਚੈਨਲ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ, ਔਰ ਸਤਿਗੁਰੂ ਜੀ ਇਹਨਾਂ ਦੀ ਸਮੂਹ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਉਹ। ਸੋ ਫਤਿਹ ਕਜਾਉਂਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਅਸੀਂ ਸਵੇਰ ਤੋਂ ਹੀ ਭੁੱਲ ਰਹੇ ਹਾਂ, ਜਾ ਕੇ ਕਹਿ ਲਓ ਅੱਜ ਸਾਨੂੰ ਵਿਸਾਖੀ ਦਿਵਸ ਦੀਆਂ ਇੰਨੀਆਂ ਖੁਸ਼ੀਆਂ ਹੀ ਆ, ਉਹਦੇ ਵਿੱਚ ਨਾਲ ਇੱਕ ਖੁਸ਼ੀ ਨੂੰ ਅਸੀਂ ਭੁੱਲ ਰਹੇ ਹਾਂ। ਅੱਜ ਜਿਹੜਾ ਸਿੱਖ ਚੈਨਲ ਹੈ ਇਹਨੂੰ ਅੱਜ ਪੂਰੇ 3 ਸਾਲ ਚਾਲੂ ਹੋਏ ਨੂੰ ਹੈ, ਅੱਜ ਇਹਦਾ ਵੀ ਜਨਮ ਦਿਨ ਆ, ਅਤੇ ਆਪਾਂ ਸਿੱਖ ਚੈਨਲ ਵੀ ਵਧਾਈਆਂ ਦੇਣੀਆਂ। ਇਹ ਸਿੱਖ ਚੈਨਲ ਵਾਲਿਆਂ ਨੂੰ ਲੱਖ ਲੱਖ ਵਧਾਈਆਂ, 3 ਸਾਲ ਦੇ ਬਰਥਡੇ ਹੈ ਇਹਨਾਂ ਦੇ। ਹਾਂਜੀ ਭੈਣ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਗੁਰ ਸੰਗਤ ਪਿਆਰੀ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਲੱਖ ਲੱਖ ਵਧਾਈਆਂ ਹੋਣ, ਤੇ ਇਹ ਜਿਹੜਾ ਦਿਨ ਹੈ ਸਾਰਿਆਂ ਤੇ ਖੁਸ਼ੀਆਂ ਭਰਿਆ ਆਵੇ, ਤੇ ਨਾਲ ਹੀ ਬਹੁਤ ਬਹੁਤ ਵਧਾਈਆਂ ਸਿੱਖ ਚੈਨਲ ਵਾਲੇ ਨੂੰ ਜਿਹਨਾਂ ਨੂੰ 3 ਸਾਲ ਹੋ ਗਏ ਹਨ ਅੱਜ ਪੂਰੇ ਹੋਇਆ ਨੂੰ। ਬਾਕੀ ਸਾਰੀ ਸੰਗਤ ਨੂੰ ਇਹੀ ਬੇਨਤੀ ਆ, ਸਾਰੇ ਰਲ ਮਿਲ ਕੇ ਇਹਦੀ ਜ਼ਰੂਰ ਹੈਲਪ ਕਰਨ ਸਿੱਖ ਚੈਨਲ ਦੀ, ਜਿਹੜੇ ਵੀ ਚੀਜ਼ ਆ ਆਪਣੇ ਇਹਨਾਂ ਦੇ ਜਿਹੜੇ ਸਹਾਇਕ ਮਾਤਾ ਹੈਲਪ ਕਰਨੀ ਆ ਉਹ ਵੀ ਤੁਸੀਂ ਕਰੋ ਸਾਰੇ, ਤਾਂ ਕਿ ਸਿੱਖ ਚੈਨਲ ਸਾਡਾ ਚੱਲਦਾ ਰਹੇ।
ਤੇ ਸਾਨੂੰ ਹੋਰ ਗੁਰਸਿੱਖਾਂ ਜਿੰਨਾ ਵੀ ਕੁਛ ਦਿਖਾਉਂਦੇ ਹਨ ਬਹੁਤ ਕੁਛ ਦਿਖਾਉਂਦੇ ਹਨ ਜਿਨ੍ਹਾਂ ਤੋਂ ਸਾਨੂੰ ਕਾਫੀ ਚੀਜ਼ਾਂ ਦਾ ਪਤਾ ਲੱਗਦਾ ਇੱਥੇ ਬੈਠਿਆਂ ਨੂੰ ਤੁਸੀਂ ਜ਼ਰੂਰ ਸਿੱਖ ਚੈਨਲ ਦੀ ਆਪਣੀ ਹੈਲਪ ਕਰੋ ਜਿੱਦਾਂ ਵੀ ਹੋ ਸਕਦੀ ਆ ਬਾਕੀ ਅਸੀਂ ਬੱਚਿਆਂ ਨੂੰ ਵੀ ਦੱਸੀਦਾ ਆ ਜਿੱਦਾਂ ਹੁਣ ਆਪਾਂ ਵਿਸਾਖੀ ਦਾ ਮੇਲਾ ਆ ਰਿਹਾ ਐਤਵਾਰ ਨੂੰ 29 ਅਪ੍ਰੈਲ ਨੂੰ ਸਾਰੇ ਬੱਚੇ ਸਾਡੇ ਆਉਂਦੇ ਆ ਤਾਂ ਵਿਸਾਖੀ ਦਾ ਮੇਲਾ ਵੀ ਦੇਖਦੇ ਆ ਤਾਂ ਉਹਨਾਂ ਨੂੰ ਮਹੱਤਤਾ ਦੇਖ ਦਈਏ ਵੀ ਵਿਸਾਖੀ ਦਾ ਮੇਲਾ ਇਹ ਲੱਗ ਰਿਹਾ ਤੁਸੀਂ ਜ਼ਰੂਰ ਸਾਰਿਆਂ ਨੇ ਪਹੁੰਚਣਾ ਆ ਤੇ ਵਿਸਾਖੀ ਦਾ ਮਹੱਤਤਾ ਕੀ ਹੈਗੀ ਆ ਸਾਰਾ ਕੁਝ ਦੱਸੀਦਾ ਆ ਸਿੱਖ ਚੈਨਲ ਇੱਕ ਐਸਾ ਚੈਨਲ ਹੈ ਕਿ ਜਿੱਥੇ ਸਿੱਖੀ ਦੇ ਨਾਲ ਜੋੜਿਆ ਰਿਹਾ ਬੱਚਿਆਂ ਨੂੰ ਬੱਚਿਆਂ ਬੁੱਢਿਆਂ ਸਿਆਣਿਆਂ ਸਭ ਨੂੰ ਸਿੱਖੀ ਦੇ ਨਾਲ ਜੋੜ ਰਿਹਾ ਹੈ ਉੱਥੇ ਇਹ ਕੌਮ ਵਾਸਤੇ ਹੋਰ ਬਹੁਤ ਕੰਮ ਕਰ ਰਿਹਾ ਤੁਸੀਂ ਸਿੱਖ ਚੈਨਲ ਦੀ ਚੜ੍ਹਦੀ ਕਲਾ ਵਾਸਤੇ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਬਹੁਤ ਬਹੁਤ ਮੈਂ ਤਾਂ ਕਹਿੰਦੀ ਹਾਂ ਚੜ੍ਹਦੀ ਕਲਾ 'ਚ ਇਹਨੂੰ ਵੀ ਜ਼ਿਆਦਾ ਉੱਚਾ ਹੋਵੇ ਸਿੱਖ ਚਾਨਣ ਮੈਂ ਤਾਂ ਹਰ ਵਕਤ ਦੇਖਦੀ ਰਹਿੰਦੀ ਹਾਂ ਬੈਠੀ ਤਾਂ ਬਹੁਤ ਬਹੁਤ ਖੁਸ਼ੀਆਂ ਮਿਲਦੀਆਂ ਬਹੁਤ ਸਿੱਖ ਚਾਨਣ 'ਤੇ ਖੁਸ਼ੀਆਂ ਮਿਲਦੀਆਂ ਮਾਤਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਕਿਸਾਨ ਮਾਤਾ ਜੀ ਬੁਰਮੰਟਨ ਵਿਖੇ ਜਿਨ੍ਹਾਂ ਨੇ ਕਿ ਸਿੱਖ ਚੈਨਲ ਨੂੰ ਆਸ਼ੀਰਵਾਦ ਵੀ ਦਿੱਤੀ ਹੈ ਤੋ ਮੈਂ ਹੁਣ ਤੁਹਾਡੇ ਕੋਲੋਂ ਇੱਕ ਹਟਵੇਂ ਮੁੱਦੇ 'ਤੇ ਆ ਰਿਹਾ ਕਿ ਜਿਹੜਾ ਮੈਰਿਜ ਐਕਟ ਹੈ ਜਿਹੜਾ ਕਿ ਬਿੱਲ ਪਾਸ ਹੋ ਚੁੱਕਾ ਭਾਵੇਂ ਜਿਸ ਤਰ੍ਹਾਂ ਕਹਿੰਦੇ ਆ ਕਿ ਉਹ ਬਹੁਤ ਸਮਾਂ ਲੱਗ ਗਿਆ ਪਰ ਫਿਰ ਵੀ ਸਮੇਂ ਦੇ ਨਾਲ ਕੁਛ ਜਾਗਰਤੀ ਆ ਗਈ ਸਮਝ ਪੈ ਗਈ ਇਹਦੇ ਬਾਰੇ ਤੁਸੀਂ ਤੁਹਾਡੇ ਕੀ ਖਿਆਲ ਹਨ ਹਾਂਜੀ ਜਿਸ ਤਰ੍ਹਾਂ ਆਪ ਜੀ ਨੇ ਆਨੰਦ ਐਕਟ ਦੀ ਗੱਲ ਕੀਤੀ ਹੈ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਰਮਾਂ ਦੁਆਰੇ ਆਨੰਦ ਕਾਰਜ ਹੁੰਦੇ ਹਨ ਸਾਨੂੰ ਇਹ ਆਨੰਦ ਕਾਰਜ ਜੋ ਐਕਟ ਹੈ ਬਹੁਤ ਪਹਿਲਾਂ ਹੀ ਲਾਗੂ ਕਰਵਾ ਲੈਣਾ ਚਾਹੀਦਾ ਸੀ ਪਰ ਫਿਰ ਵੀ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਾਨੂੰ ਜੋ ਸਾਡਾ ਹੱਕ ਹੈ ਉਹ ਹੱਕ ਮਿਲਿਆ ਹੈ ਚਲੋ ਕੁਝ ਦੇਰ ਬਾਅਦ ਹੀ ਸਹੀ ਪਰ ਸਾਡੇ ਜੋ ਹੱਕ ਹਨ ਉਹ ਸਾਨੂੰ ਮਿਲੇ ਹਨ ਅਸੀਂ ਇਸ 'ਤੇ ਖੁਸ਼ੀ ਪ੍ਰਗਟ ਕਰਦੇ ਹਾਂ ਅਤੇ ਇਹਦੇ ਵਿੱਚ ਮੈਂ ਇੱਕ ਬੇਨਤੀ ਕਰਾਂਗਾ ਕਿ ਸਿੱਖ ਚੈਨਲ ਜਿਹੜਾ ਕਿ ਸਿਰਫ ਅਤੇ ਸਿਰਫ ਪੰਥ ਦਾ ਚੈਨਲ ਹੈ ਇਹਨਾਂ ਨੇ ਅੱਜ ਜਿੱਥੇ ਹੋਰ ਖੁਸ਼ੀ ਦੀ ਗੱਲ ਹੈ ਵਿਸਾਖੀ ਦਾ ਦਿਨ ਦਿਹਾੜਾ ਹੈ ਉੱਥੇ ਅੱਜ ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਅੱਜ ਸਿੱਖ ਚੈਨਲ ਦਾ ਵੀ ਤੀਜਾ ਜਨਮ ਦਿਹਾੜਾ ਹੈ ਅਤੇ ਨਾਲ ਨਾਲ ਮੈਂ ਇੱਕ ਆਪ ਕੋ ਪੁੱਛਣਾ ਚਾਹਾਂਗਾ ਕਿ ਸਿੱਖ ਚੈਨਲ ਨੇ ਬੜੀ ਸਟਰਗਲ ਕੀਤੀ ਹਰ ਇੱਕ ਸਮੇਂ ਇਹ ਪੰਥ ਦੇ ਨਾਲ ਖੜ੍ਹਾ ਜਿੱਥੇ ਕੋਈ ਔਕੜ ਆਈ ਜਿੱਥੇ ਵੀ ਕੋਈ ਸਾਡੇ 'ਤੇ ਜ਼ੁਲਮ ਹੈ ਸਭ ਤੋਂ ਪਹਿਲਾਂ ਸਿੱਖ ਚੈਨਲ ਹੀ ਐਸਾ ਮੀਡੀਆ ਸੀ ਜਿਸ ਨੇ ਬਿਨਾਂ ਕਿਸੇ ਦੇ ਡਰ ਦੇ ਨਿਤਾਰਕ ਹੋ ਕੇ ਕੌਮ ਦੀ ਆਵਾਜ਼ ਪਹੁੰਚਾਈ ਹੈ ਸਿੱਖ ਚੈਨਲ ਵਾਸਤੇ ਮੈਂ ਆਪ ਨੂੰ ਪੁੱਛਣਾ ਚਾਹਾਂਗਾ ਕਿ ਇਹਦੇ ਬਾਰੇ ਆਪਾਂ ਕੀ ਤੁਸੀਂ ਸੰਗਤਾਂ ਨੂੰ ਅਪੀਲ ਕਰੋਗੇ ਕੀ ਸਾਨੂੰ ਹੋਰ ਉਪਰਾਲਾ ਕਰਨਾ ਚਾਹੀਦਾ ਇਹਨੂੰ ਦਿਨ ਰਾਤ ਦੁੱਗਣੀ ਤਰੱਕੀ ਦੇਣ ਵਾਸਤੇ ਇਹਦੇ ਬਾਰੇ ਕੀ ਦਿਖਾਓਗੇ ਤੁਸੀਂ ਹਾਂਜੀ ਸਿੱਖ ਚੈਨਲ ਬਾਰੇ ਦੱਸ ਤਾਂ ਇੰਨਾ ਕੁਝ ਹੀ ਕਵੇਗਾ ਕਿਉਂਕਿ ਜੋ ਆਪਣੇ ਕੋਲ ਤਰੁੱਟੀਆਂ ਸਨ ਪਹਿਲਾਂ ਮੀਡੀਆ ਦੀ ਘਾਟ ਸੀ ਅੱਜ ਸਤਿਗੁਰ ਨੇ ਮੀਡੀਆ ਦੀ ਘਾਟ ਸਾਨੂੰ ਸਿੱਖ ਕੌਮ ਨੂੰ ਪੂਰੀ ਕਰ ਦਿੱਤੀ ਹੈ ਜੋ ਸਿੱਖ ਚੈਨਲ ਸਿੱਖਾਂ ਵਾਸਤੇ ਸਿੱਖ ਕੌਮ ਵਾਸਤੇ ਉੱਭਰ ਕੇ ਅੱਗੇ ਆਇਆ ਹੈ ਇਹਨਾਂ ਨੇ ਬਹੁਤ ਹੀ ਅੱਛੇ ਪ੍ਰੋਗਰਾਮ ਜੋ ਪੇਸ਼ ਕੀਤੇ ਹਨ ਹੁਣ ਤਾਈਂ ਜਿਸ ਤਰ੍ਹਾਂ ਪੰਜਾਬ ਵਿੱਚ ਜਾ ਕੇ ਜੋ ਪੰਜਾਬ ਦੀਆਂ ਗਵਾਚੀਆਂ ਚੀਜ਼ਾਂ ਸਾਡੇ ਸਾਹਮਣੇ ਸਾਡੇ ਰੂਬਰੂ ਕੀਤੀਆਂ ਹਨ ਕਿਉਂਕਿ ਸਿਆਣੇ ਨੇ ਸੱਚ ਕਿਹਾ ਹੈ ਢਲਦੇ ਪਰਛਾਵੇਂ ਕਦੇ ਮੁੜ ਨਹੀਂ ਆਉਂਦੇ ਜੋ ਸਾਡੇ ਨਾਲ 1984 ਤੋਂ ਹੋ ਲੈ ਕੇ ਹੁਣ ਤੱਕ ਹੋਇਆ ਉਹ ਇਹਨਾਂ ਨੇ ਸਮੂਹ ਸੰਗਤਾਂ ਨੂੰ ਉਸਦੇ ਰੂਬਰੂ ਕਰਾਇਆ ਉਸ ਤੋਂ ਜਾਣੂ ਕਰਾਇਆ ਅਤੇ ਅਸੀਂ ਸਮੂਹ ਜਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਸਾਨੂੰ ਸਿੱਖ ਚੈਨਲ ਦਾ ਵੱਧ ਤੋਂ ਵੱਧ ਵੱਧ ਚੜ੍ਹ ਕੇ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ